ਲਓ ਜੀ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਗੁਰਪ੍ਰੀਤ ਹੋਰਾਂ ਨਾਲ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ। ਕੱਲ੍ਹ ਗੱਲਬਾਤ ਕਰਨੀ ਸੀ ਲੇਕਿਨ ਕਿਸੇ ਕਾਰਨ ਇਹ ਵਿਅਸਤ ਹੋ ਗਏ ਕੱਲ੍ਹ, ਪਰ ਅੱਜ ਵਾਅਦੇ ਮੁਤਾਬਕ ਉਹ ਮੇਰੇ ਨਾਲ ਲਾਈਨ 'ਤੇ ਆ ਗਏ ਹੈ। ਤੋ ਬਹੁਤ ਸਾਰੇ ਪ੍ਰਸ਼ਨ ਤੁਹਾਡੇ ਮਨਾਂ ਦੇ ਵਿੱਚ ਹੈ, ਬਹੁਤ ਆਸਾਂ ਸੀ, ਉਮੀਦਾਂ ਸੀ, ਉਮੀਦਾਂ ਕੀ ਸੀ, ਯਕੀਨ ਸੀ ਬਹੁਤ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਰਕਾਰ ਨਹੀਂ ਬਣਾਏਗੀ ਬਲਕਿ ਬਹੁਤ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਲੇਕਿਨ ਜਦੋਂ ਨਤੀਜੇ ਬਿਲਕੁਲ ਉਸਦੇ ਉਲਟ ਆਏ ਤੇ ਹਰ ਪਾਸੇ ਜਿਹੜਾ ਹੈ ਚਰਚਾ ਹੋਈ, ਔਰ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਨ੍ਹਾਂ ਨੇ ਉੱਥੇ ਜਾਂ ਇੱਥੋਂ ਜਾ ਕੇ ਉੱਥੇ ਮਦਦ ਕੀਤੀ, ਉਹਨਾਂ ਨੂੰ ਕਾਫੀ ਨਿਰਾਸ਼ਾ ਹੋਈ। ਮੁਲਾਂਕਣ ਹੋ ਰਿਹਾ ਪਾਰਟੀ ਦੇ ਵਿੱਚ ਕਿ ਕਿੱਥੇ ਕਮੀ ਰਹਿ ਗਈ। ਤੋ ਕਨਵੀਨਰ ਪੰਜਾਬ ਦੇ ਇਕਾਈ ਦੇ ਗੁਰਪ੍ਰੀਤ ਹੋਰੀ ਮੇਰੇ ਨਾਲ ਲਾਈਨ ਤੇ ਆ। ਗੁਰਪ੍ਰੀਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਾਰੇ ਸਾਡੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਤੁਹਾਡੇ ਨਾਲ ਅਸੀਂ ਕੰਪੇਨ ਦੌਰਾਨ ਵੀ ਗੱਲਬਾਤ ਕਰਦੇ ਰਹੇ ਹਾਂ, ਇੱਥੋਂ ਬਹੁਤ ਵੱਡੀ ਗਿਣਤੀ ਚ NRI ਗਏ ਹੈ ਔਰ ਉਹਨਾਂ ਨੇ ਵੀ ਜੀ ਤੋੜ ਬਿਨਾਂ ਕਿਸੇ ਮੋਟਿਵ ਤੋਂ ਸੈਲਫਲੈਸਲੀ ਕੰਮ ਕੀਤਾ, ਜਾ ਕੇ ਉੱਥੇ ਯੋਗਦਾਨ ਪਾਇਆ। ਇੱਥੇ ਜਦੋਂ ਰਿਜ਼ਲਟ ਆਉਣੇ ਸੀ, ਖੂਬ ਤਿਆਰੀਆਂ ਸੀ, ਪੂਰਾ ਇੱਕ ਨਹੀਂ ਬਲਕਿ ਦੋ ਦੋ ਤਿੰਨ ਤਿੰਨ ਬੈਂਕਟ ਹਾਲ ਬੁੱਕ ਕੀਤੇ ਗਏ ਸੀ ਕਿ ਪਾਰਟੀ ਦੀ ਜਿੱਤ ਹੋਣੀ ਹੈ ਤੇ ਜਸ਼ਨ ਮਨਾਉਣੇ ਹੈ। ਲੇਕਿਨ ਜਦੋਂ ਨਤੀਜੇ ਉਮੀਦ ਤੋਂ ਕਿਤੇ ਉਲਟ ਆਉਣੇ ਸ਼ੁਰੂ ਹੋਏ ਔਰ ਕਈ ਲੋਕ ਸ਼ੌਕ 'ਚ ਵੀ ਨਜ਼ਰ ਆਏ ਕਿ ਹੋ ਕੀ ਗਿਆ, ਤੁਸੀਂ ਵੀ ਮੁਲਾਂਕਣ ਕਰ ਰਹੇ ਹੋ ਉੱਥੇ ਬੈਠ ਕੇ, ਜਲੰਧਰ ਤੁਹਾਡੀ ਕਾਫੀ ਵੱਡੀ ਇੱਕ ਮੀਟਿੰਗ ਹੋਈ ਹੈ, ਕੁਛ ਸਾਡੇ ਨਾਲ ਕੁਛ ਸ਼ੇਅਰ ਕਰਨਾ ਚਾਹੋਗੇ? ਦੇਖੋ ਜੀ, ਗੱਲ ਇਹ ਹੈ ਕਿ NRIs ਦਾ ਤੇ ਅਸੀਂ ਦੇਣਾ ਨਹੀਂ ਦੇ ਸਕਦੇ। ਜਿੰਨਾ ਇਹਨਾਂ ਨੇ ਪੰਜਾਬ ਲਈ ਪਿਆਰ ਦਿਖਾਇਆ, ਜੋ ਇਹਨਾਂ ਨੇ ਆਪਣਾ ਕੰਟਰੀਬਿਊਸ਼ਨ ਪੰਜਾਬ ਲਈ ਕੀਤਾ, ਬਟ ਡਿਸਅਪੋਇੰਟਮੈਂਟ ਦਾ ਲੈਵਲ ਸਾਰਿਆਂ ਦਾ ਬਰਾਬਰ ਹੈ, ਕਿਉਂਕਿ ਅਸੀਂ ਵੀ ਇੱਥੇ ਆਪਣੇ ਸਾਰੀ ਦੁਨੀਆ ਛੱਡ ਕੇ ਜੀ ਤੋੜ ਮਿਹਨਤ ਕਰਕੇ ਪੰਜਾਬ ਲਈ ਕੰਮ ਕਰ ਰਹੇ ਸਾਂ, ਔਰ NRI ਤਾਂ ਆਏ ਵੀ ਨਜ਼ਰ ਆਏ, ਅਸੀਂ ਸਟੇਜਾਂ ਤੇ ਜਾਂਦੇ ਨਜ਼ਰ ਆਏ ਸਾਂ, ਹੋਰ ਲੱਖਾਂ ਲੋਕ ਨੇ ਜਿਹੜੇ ਨਾ ਤਾਂ ਕਿਸੇ ਸਟੇਜ ਤੇ ਨਜ਼ਰ ਆਏ, ਨਾ ਵਿਚਾਰਿਆਂ ਕੋਲ ਕੋਈ ਮੀਡੀਅਮ ਸੀ ਜਿਹਦੇ ਨਾਲ ਉਹ ਸਾਹਮਣੇ ਨਜ਼ਰ ਆਣ ਕੇ ਅਸੀਂ ਵੀ ਪਾਰਟੀ ਲਈ ਮਰ ਖੱਪ ਰਹੇ ਹਾਂ, ਪਰ ਬੜੇ ਲੋਕੀ ਇਨਵੋਲਵ ਸੀਗੇ, ਸਾਰਿਆਂ ਦਾ ਕਿਤੇ ਨਾ ਕਿਤੇ ਇੱਕੋ ਹੀ ਹਾਲ ਹੈ ਕਿ ਡਿਸਅਪੋਇੰਟਮੈਂਟ ਜ਼ਰੂਰ ਸਾਹਮਣੇ ਆਈ ਹੈ। ਬਟ ਸੈਣੀ ਸਾਹਿਬ, ਗੱਲ ਇਹ ਹੈ ਕਿ ਜਦੋਂ ਬਹਿ ਕੇ ਚੀਜ਼ਾਂ ਦੀ ਪੜਚੋਲ ਕਰੀਦੀ ਹੈ ਨਾ, ਉੱਥੇ ਕਿਤੇ ਨਾ ਕਿਤੇ ਖੇਦ ਵੀ ਹੁੰਦਾ ਕਿ ਅਸੀਂ ਕਿਹੋ ਜਿਹੇ ਸਿਸਟਮ 'ਚ ਰਹਿ ਰਹੇ ਹਾਂ, ਕਿਉਂਕਿ ਅੱਜ ਇਲੈਕਟ੍ਰੋਨਿਕ ਵੋਟਿੰਗ ਸਿਸਟਮ ਜਿਹੜਾ ਉਹਦੇ ਤੇ ਬਹੁਤ ਵੱਡਾ ਕੁਐਸਚਨ ਮਾਰਕ ਲੱਗ ਕੇ ਸਾਹਮਣੇ ਆ ਰਿਹਾ, ਔਰ ਬੜੀਆਂ ਅਜੀਬ ਅਜੀਬ ਐਗਜ਼ਾਮਪਲਸ ਸਾਹਮਣੇ ਆ ਰਹੀਆਂ ਨੇ। ਵੀਡੀਓ ਦੇਖਦੇ ਹੋਵੋਗੇ ਤੁਸੀਂ ਵੀ, ਅਸੀਂ ਵੀ ਦੇਖ ਰਹੇ ਹਾਂ, ਜਿੱਥੇ ਲੋਕ ਦੱਸ ਰਹੇ ਨੇ ਕਿ ਅਸੀਂ ਆ ਸਾਹਮਣੇ ਜਿੰਨੇ ਬੰਦੇ ਖੜੇ ਹਾਂ, 21 ਵੋਟਾਂ ਤਾਂ ਅਸੀਂ ਪਾਈਆਂ ਨੇ ਸਾਡੇ ਬੂਥ ਤੇ, ਪਰ ਨਿਕਲੀਆਂ 13 ਨੇ। ਅਜੇ ਤਾਂ ਘਰਾਂ 'ਚ ਵੀ ਲੋਕ ਬੈਠੇ ਨੇ ਜਿਨ੍ਹਾਂ ਵੋਟ ਪਾਈ, ਪਰ 21 ਬੰਦੇ ਕਹਿ ਰਹੇ ਨੇ ਅਸੀਂ ਪਾਈਆਂ, ਪਰ ਬੂਥ 'ਚੋਂ 13 ਨਿਕਲੀਆਂ। UP ਦੇ ਵਿੱਚ BJP ਦੀਆਂ 325 ਸੀਟਾਂ 400 ਦੇ ਵਿੱਚੋਂ ਆਉਣਾ ਇੱਕ ਮਿਰੈਕਲ ਤੋਂ ਵੀ ਉੱਪਰ ਦੀ ਗੱਲ ਹੈ। ਸੋ ਕਿਤੇ ਨਾ ਕਿਤੇ EVM ਜਿਹੜਾ ਇਸ ਵੇਲੇ ਸ਼ੱਕ ਦੇ ਘੇਰੇ 'ਚ ਆ ਰਿਹਾ, ਪਰ ਮੈਂ ਸਿਰਫ EVM ਨੂੰ ਦੋਸ਼ ਦੇ ਕੇ ਇਹਦੇ 'ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦਾ। ਹੋਰ ਵੀ ਬਹੁਤ ਸਾਰੇ ਕਾਰਨ ਸਾਨੂੰ ਲੱਗੇ ਜਿਨ੍ਹਾਂ ਦੇ ਬਾਰੇ ਅਸੀਂ ਪੜਚੋਲ ਬਹਿ ਕੇ ਜਲੰਧਰ ਦੇ ਵਿੱਚ ਕੀਤੀ, ਜਿਹੜੀ ਮੀਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਜੀ। ਉਹਦੇ 'ਚ ਕੁਛ ਗੱਲ ਕਰਨਾ ਚਾਹੋਗੇ? ਕਿਉਂਕਿ ਕਿਹਾ ਜਾਂਦਾ, ਸਿਆਣੇ ਕਹਿੰਦੇ ਆ ਕਿ ਜੇ ਜਿਹੜੀ ਹੈ ਜੋ ਵੀ ਪੜਚੋਲ ਕਰੋ ਤੇ ਜੋ ਜੋ ਕੁਛ ਅਸਲੀਅਤ ਹੈ ਜੇ ਉਸਨੂੰ ਨਾ ਪਛਾਣੀਏ, ਅੱਖਾਂ ਬੰਦ ਕਰ ਲਈਏ ਤੇ ਕਈ ਵਾਰੀ ਆਪਣਾ ਨੁਕਸਾਨ ਕਰੀਦਾ। ਤੋ ਇੱਥੇ ਵੀ ਐਨਾਲਿਸਿਸ ਕੀਤਾ ਜਾ ਰਿਹਾ। ਅੱਜ ਪਤਾ ਲੱਗਾ ਕਿ ਸੁਖਪਾਲ ਖਹਿਰਾ ਹੋਰਾਂ ਨੇ ਵੀ ਕੋਈ ਬਿਆਨ ਦਿੱਤਾ ਕਿ ਦਿੱਲੀ ਦੇ ਜਿਹੜੇ ਲੋਕ ਪੰਜਾਬ ਦੇ ਵਿੱਚ ਲਗਾਏ ਗਏ ਉਹ ਪੰਜਾਬ ਦੇ ਕਲਚਰ ਨੂੰ ਨਹੀਂ ਸੀ ਸ਼ਾਇਦ ਸਮਝਦੇ। ਟਿਕਟਾਂ ਦੀ ਵੰਡ ਦੇ ਵਿੱਚ ਬੜੀਆਂ ਵੱਡੀਆਂ ਧਾਂਦਲੀਆਂ ਤਾਂ ਨਹੀਂ ਕਹਾਂਗੇ, ਲੇਕਿਨ ਕਮੀਆਂ ਰਹੀਆਂ। ਇਸ ਤੋਂ ਇਲਾਵਾ ਹੋਰ ਵੀ ਪਾਰਟੀ ਨੇ ਮਹਿਸੂਸ ਕੀਤਾ ਹੋਣਾ ਕਿ ਕਈ ਹੋਰ ਕਾਰਨ ਹੋਣਗੇ, ਜੇ ਇਕੱਲਾ ਇਹ ਕਹਿ ਦੇਣਾ ਕਿ EVM ਮਸ਼ੀਨਾਂ ਦੇ ਕਰਕੇ ਹੀ ਸਾਰਾ ਕੁਛ ਹੋਇਆ, ਮੇਰੇ ਖਿਆਲ ਵਾਜਬ ਨਹੀਂ ਹੋਏਗਾ। ਮੈਂ ਇੱਥੇ ਪਹਿਲਾਂ ਤਾਂ ਹੀ ਆਪਣੀ ਗੱਲ ਇੱਥੇ ਖਤਮ ਕੀਤੀ ਸੀ ਕਿ EVM ਇੱਕ ਕੁਐਸਚਨ ਮਾਰਕ ਹੈ, ਬਟ ਇਹਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਜਾਂ ਇਹਨੂੰ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ। ਅੰਦਰੂਨੀ ਕਾਰਨਾਂ ਤੇ ਵੀ ਪੜਚੋਲ ਕਰਨੀ ਚਾਹੀਦੀ, ਅਸੀਂ ਜਲੰਧਰ ਕੀਤੀ, ਔਰ ਇਹਦਾ ਪੜਚੋਲ ਦੇ ਬਾਅਦ ਕਾਰਨ ਕਿਹੜੇ ਕਿਹੜੇ ਸਾਹਮਣੇ ਆਉਂਦੇ ਆ ਉਹ ਫਾਈਨਲ ਜਦੋਂ ਸਾਡੀ ਪੜਤਾਲ ਫਾਈਨਲ ਹੋ ਜਾਏ ਉਦੋਂ ਹੀ ਸਾਹਮਣੇ ਲਿਆਉਣੇ ਚਾਹੀਦੇ, ਉਸ ਤੋਂ ਪਹਿਲਾਂ ਕੱਚਾ ਪੱਕਿਆ ਨਹੀਂ ਸਾਹਮਣੇ ਲਿਆਉਣਾ ਚਾਹੀਦਾ। ਪਰ ਕੁਛ ਕਾਰਨ ਜਿਹੜੇ ਅੱਜ ਸੁਖਪਾਲ ਖਹਿਰਾ ਹੋਣਾ ਨੇ ਵੀ ਦੱਸੇ ਨੇ, ਅਸੀਂ ਵੀ ਮੀਟਿੰਗ ਦੇ ਵਿੱਚ ਦੱਸੇ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਲੋਕਾਂ ਨੇ ਦਿੱਲੀ ਤੋਂ ਜਿਹੜੀ ਟੀਮ ਲੱਗੀ ਹੋਈ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਕੁਛ ਇੰਟਰੈਕਸ਼ਨ ਦੀ ਜਾਂ ਪੰਜਾਬੀਆਂ ਨੂੰ ਨਾ ਸਮਝ ਸਕਣ ਵਾਲੀ ਜਿਹੜੀ ਕਮੀ ਸੀ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਹੁਣ ਰੜਕ ਰਹੀ ਹੈ। ਬਟ ਮੈਂ ਇੱਕ ਚੀਜ਼ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਦੁਨੀਆਂ ਦੇ ਵਿੱਚ ਕਿਸੇ ਵੀ ਪ੍ਰਤੀਸਪਰਧਾ 'ਚ, ਕਿਸੇ ਵੀ ਕੰਪੀਟੀਸ਼ਨ 'ਚ, ਕਿਸੇ ਮੁਕਾਬਲੇ 'ਚ ਕੋਈ ਹਾਰਨ ਵਾਸਤੇ ਕਦੇ ਨਹੀਂ ਆਉਂਦਾ ਹੁੰਦਾ, ਨਾ ਹਾਰਨ ਲਈ ਕੋਸ਼ਿਸ਼ਾਂ ਕਰਦਾ ਹੁੰਦਾ ਕੋਈ। ਬਟ ਇਹ ਹੈ ਕਿ ਸਾਡੀਆਂ ਕਿਤੇ ਨਾ ਕਿਤੇ ਛੋਟੀਆਂ ਛੋਟੀਆਂ ਗਲਤੀਆਂ, ਨਲਾਇਕੀਆਂ ਸਾਨੂੰ ਬੈਡ ਫੇਸ ਦੇ ਵਿੱਚ ਲੈ ਜਾਂਦੀਆਂ। ਇਸ ਵੇਲੇ ਆਮ ਆਦਮੀ ਪਾਰਟੀ ਤੋਂ ਬਹੁਤ ਅੱਛੇ ਦੌਰ 'ਚੋਂ ਨਹੀਂ ਨਿਕਲ ਰਹੀ,
ਪਰ ਇੱਕ ਚੀਜ਼ ਦੀ ਮੈਂ ਖੁਸ਼ੀ ਵੀ ਜ਼ਾਹਰ ਕਰਨਾ ਚਾਹੁੰਦਾ ਕਿ 3 ਸਾਲ ਪੁਰਾਣੀ ਪਾਰਟੀ ਅੱਜ ਪਹਿਲੀ ਵਾਰੀ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਮੇਨ ਆਪੋਜੀਸ਼ਨ ਬਣ ਕੇ ਬੈਠੀ ਹੈ, ਕਾਂਗਰਸ ਲਈ ਚੁਣੌਤੀ ਬਣ ਕੇ ਬੈਠੀ ਹੈ ਵਿਧਾਨ ਸਭਾ ਦੇ ਵਿੱਚ, ਔਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅੱਜ ਤੀਸਰੇ ਨੰਬਰ ਤੇ ਹੈ। ਗੁਰਪ੍ਰੀਤ, ਜਦੋਂ ਇਹ ਇਲੈਕਸ਼ਨ ਦੇ ਰਿਜ਼ਲਟ ਆਏ ਆ, ਅਗਲੇ ਦਿਨ ਇੱਕ ਵੀਡੀਓ ਘੁੰਮਣੀ ਸ਼ੁਰੂ ਹੋ ਗਈ ਸੀ, ਉਹ ਪਤਾ ਨਹੀਂ ਹੁਣ ਇਲੈਕਸ਼ਨ ਵਾਲੇ ਰਿਜ਼ਲਟ ਵਾਲੇ ਦਿਨ ਦੀ ਆ ਕਿ ਉਸ ਤੋਂ ਪਹਿਲਾਂ ਰਿਕਾਰਡ ਹੋਈ ਹੈ, ਜਿਹਦੇ ਵਿੱਚ ਸੰਜੇ ਸਿੰਘ ਹੋਰੀ ਹੋਰ ਕਈ ਲੀਡਰ ਬੈਠੇ ਆ, ਭਗਵੰਤ ਮਾਨ ਹੋਰਾਂ ਨੂੰ ਉਹਨਾਂ ਨੇ ਫੋਨ ਦੇ ਉੱਤੇ ਸਪੀਕਰ ਤੇ ਪਾਇਆ ਹੋਇਆ, ਔਰ ਮਜ਼ਾਕ ਉਡਾਇਆ ਜਾ ਰਿਹਾ ਪੰਜਾਬ ਦੇ ਬੜੇ ਲੀਡਰਾਂ ਦਾ, ਔਰ ਉਹਨਾਂ ਦੀ ਜਿਹੜੀ ਭਾਸ਼ਾ ਹੈ, ਜਿਹੜਾ ਉਹਨਾਂ ਦਾ ਲਹਿਜ਼ਾ ਹੈ, ਸ਼ੈਲੀ ਹੈ, ਉਹ ਕੋਈ ਬੜੇ ਮੈਚੁਰ ਲੀਡਰਾਂ ਵਾਲੀ ਨਹੀਂ ਲੱਗਦੀ। ਉਹ ਭਗਵੰਤ ਮਾਨ ਤੁਮ ਤੋਂ ਜੀਤ ਰਹੇ ਹੋ, ਉਹ ਹਮ ਤੋਂ 100 ਸੀਟਾਂ ਜੀਤ ਗਏ, ਮਤਲਬ ਇੱਕ ਇੰਨੇ ਮੈਚੁਰ ਲੀਡਰ ਇਦਾਂ ਦੀਆਂ, ਬਿਸ਼ੱਕ ਮਜ਼ਾਕ 'ਚ ਵੀ ਕੀਤਾ ਹੋਵੇ ਪਰ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਗੱਲ ਕਹਿ ਰਹੇ ਹਾਂ। ਤੋ ਕੀ ਕਿਤੇ ਕਿਤੇ ਹੈਂਕੜਬਾਜ਼ੀ ਸੀ, ਕਿਤੇ ਕਿਤੇ ਓਵਰ ਕੌਨਫੀਡੈਂਸ ਸੀ? ਨਹੀਂ ਨਹੀਂ, ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਜੀ ਕਿ ਦੇਖੋ, ਇਹ ਜਿਹੜੇ ਮੌਕੇ ਤੇ ਵੀਡੀਓ ਵਾਇਰਲ ਹੋਇਆ, ਉਸ ਮੌਕੇ ਤੇ ਤਾਂ ਲੋਕਾਂ ਨੂੰ ਜ਼ਰੂਰ ਇਹ ਬੁਰਾ ਲੱਗਾ, ਬਟ ਇਹ ਹੈ ਕਿ ਇਹਦੇ ਵਿੱਚ ਮੈਂ ਕਿਸੇ ਨੂੰ ਨਾ ਤਾਂ ਡਿਫੈਂਡ ਕਰਾਂਗਾ ਨਾ ਹੀ ਕਿਸੇ ਨੂੰ ਬਲੇਮ ਕਰਾਂਗਾ। ਇਹਨਾਂ ਦੇ ਇੱਕ ਆਪਸ 'ਚ ਬੜਾ ਪੁਰਾਣਾ ਇੱਕ ਦੋਸਤੀ ਵਾਲਾ ਮਾਹੌਲ ਚੱਲਿਆ ਆ ਰਿਹਾ, ਇਹ ਉਦੋਂ ਦੇ ਦੋਸਤ ਨੇ, ਉਦੋਂ ਦੇ ਇੱਕ ਦੂਜੇ ਨੂੰ ਹਾਂ ਸੰਜੇ ਭਾਈ, ਹਾਂ ਸੰਜੇ, ਹਾਂ ਦੁਰਗੇਸ਼, ਹਾਂ ਭਗਵੰਤ, ਇਹ ਉਦੋਂ ਦੇ ਕਹਿੰਦੇ ਆ ਰਹੇ ਨੇ ਜਦੋਂ ਭਗਵੰਤ ਮਾਨ ਅਜੇ MP ਵੀ ਨਹੀਂ ਸਨ, ਅਜੇ ਚੋਣ ਵੀ ਨਹੀਂ ਸੀ ਲੜੇ MP ਦੀ ਜੀ। ਸੋ ਉਹ ਮੈਨੂੰ ਲੱਗਦਾ ਕਿ ਉਸ ਦੋਸਤੀ ਦੇ ਵਿੱਚ ਇੱਕ ਇਹਨਾਂ ਨੇ ਆਪਸ ਦੇ ਵਿੱਚ ਯਾਰੀ ਦੋਸਤੀ 'ਚ ਵੀਡੀਓ ਬਣਾਇਆ, ਪਰ ਉਹ ਜਿਹਨੇ ਵੀਡੀਓ ਬਾਹਰ ਵਾਇਰਲ ਕੀਤਾ ਇਹ ਉਹਦੀ ਗਲਤੀ ਹੈ। ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਬਹਿ ਕੇ ਘਰ ਦੇ ਵਿੱਚ, ਸੈਣੀ ਸਾਹਿਬ ਤੁਸੀਂ ਵੀ ਕਈ ਵਾਰੀ ਜੀ ਜੀ ਹਨਾ ਆਪਾਂ ਪਲੈਨ 'ਚ ਹੀ ਬੈਠੇ ਹੁੰਦੇ ਹਾਂ, ਲੂਜ਼ ਟਾਕ ਕਰ ਲੈਂਦੇ ਕਰਦੇ ਹਾਂ, ਅਗਰ ਉਹਦਾ ਕੋਈ ਵੀਡੀਓ ਬਣਾ ਕੇ ਵਾਇਰਲ ਕਰਦਾ ਸਾਡੇ ਘਰ ਦਾ ਹੀ ਬੰਦਾ, ਤੇ ਇਹ ਉਹਦੀ ਵਾਇਰਲ ਕਰਨ ਵਾਲੇ ਦੀ ਗੁਸਤਾਖੀ, ਦੈਟ ਵਾਜ਼ ਅ ਵੈਰੀ ਪਰਸਨਲ ਵੀਡੀਓ, ਇਦਾਂ ਦਾ ਵੀਡੀਓ ਲੀਕ ਨਹੀਂ ਕਰਨਾ ਚਾਹੀਦਾ। ਜਿੰਨੇ ਘਰੇ ਹੀ ਬਹਿ ਕੇ ਕਿਸੇ ਨੇ ਨਾਲ ਬਹਿ ਕੇ ਬਣਾਇਆ ਨਾ, ਦੈਟ ਇਜ਼ ਰੋਂਗ, ਬਟ ਆਪਾਂ ਉਹਨੂੰ ਕਾਰਨ ਨਹੀਂ ਗਿਣ ਸਕਦੇ ਹਾਰ ਦਾ, ਹਾਰ ਦੇ ਕਾਰਨਾਂ ਵੱਲ ਅਸੀਂ ਜਾਂਦੇ ਹਾਂ, ਤੇ ਹੋਰ ਬੜੇ ਸਾਰੇ ਕਾਰਨ ਸਾਹਮਣੇ ਨਜ਼ਰ ਆ ਰਹੇ ਨੇ ਜਿਹਦੇ ਤੇ ਅਸੀਂ ਪਾਰਟੀ 'ਚ ਬਹਿ ਕੇ ਵਿਚਾਰ ਕਰ ਰਹੇ ਹਾਂ। ਇੱਕ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਜ਼ਰੂਰ ਮੈਸੇਜ ਦੇਣਾ ਚਾਹਾਂਗਾ NRI ਪੰਜਾਬੀਆਂ ਦਾ, ਕਿਉਂਕਿ ਜਿਹੜੇ ਲੋਕ ਇੱਥੋਂ ਗਏ ਸੀ, ਬਹੁਤ ਮਿਹਨਤ ਕੀਤੀ, ਕਈ ਲੋਕ ਬਿਮਾਰ ਹੋ ਗਏ ਉੱਥੋਂ ਆਏ ਆ, ਠੰਡ 'ਚ ਗਏ, ਬਿਨਾਂ ਕਿਸੇ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਸੀ, ਸਿਰਫ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਗਏ ਸੀ, ਪਰ ਉੱਥੋਂ ਵੀ ਉਹਨਾਂ ਨੇ ਮੈਨੂੰ ਮੈਸੇਜ ਦਿੱਤਾ, ਇੱਥੇ ਆ ਕੇ ਵੀ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ, ਔਰ ਤੁਸੀਂ ਜਾਣਦੇ ਹੀ ਆਪਾਂ ਮਿਲੇ ਹਾਂ ਇਕੱਠੇ ਇੱਥੇ, ਉਹਨਾਂ ਨੂੰ ਗਰੁੱਪ ਹੈ ਪੂਰਾ, ਉਹਨਾਂ ਨੇ ਮੈਸੇਜ ਇਹ ਦਿੱਤਾ ਜੀ ਕਿ ਜਿਹੜੇ ਕੁਛ ਲੀਡਰ, ਮੈਂ ਹੁਣ ਨਾਮ ਨਹੀਂ ਲਵਾਂਗਾ, ਉਹਨਾਂ ਨੇ ਕਿਹਾ ਜੀ ਉਹਨਾਂ ਦਾ ਜਿਹੜਾ ਐਟੀਚਿਊਡ ਅਸੀਂ ਉੱਥੇ ਦੇਖਿਆ ਉਹ ਬੜਾ ਅਜੀਬ ਸੀ, ਕਿ ਸਾਡੇ ਨਾਲ ਹੱਥ ਮਿਲਾਉਣ ਤੋਂ ਵੀ ਉਹਨਾਂ ਨੂੰ ਕੋਫਤ ਹੁੰਦੀ ਸੀ। ਆਲਰੇਡੀ ਉਹਨਾਂ ਲੋਕਾਂ ਨੂੰ ਇਹ ਲੱਗਾ ਵੀ ਇਹ ਸਰਕਾਰ ਬਣਾ ਹੀ ਲਈ ਹੈ, ਅਸੀਂ ਤੇ ਹੁਣ ਬਹੁਤ ਵੱਡੇ ਵੱਡੇ ਮੰਤਰੀ ਮੁੱਖ ਮੰਤਰੀ ਬਣ ਹੀ ਚੁੱਕੇ ਹਾਂ। ਉਹਨਾਂ ਨੇ ਕਿਹਾ ਜੀ ਸਾਡੇ ਨਾਲ ਅਗਰ ਉਹਨਾਂ ਦਾ ਇਲੈਕਸ਼ਨ ਤੋਂ ਰਿਜ਼ਲਟ ਤੋਂ ਪਹਿਲਾਂ ਇਹ ਸਲੂਕ ਸੀ, ਅਸੀਂ ਬੜੇ ਡਿਸਅਪੁਆਇੰਟ ਹੋ ਕੇ ਆਏ ਹਾਂ। ਮੈਂ ਚਾਹਾਂਗਾ ਤੁਹਾਡੇ ਤੱਕ ਇਹ ਖਬਰ ਜ਼ਰੂਰ ਪਹੁੰਚਣੀ ਚਾਹੀਦੀ ਹੈ। ਬਿਲਕੁਲ, ਜੇ ਤੁਸੀਂ ਔਨ ਏਅਰ ਨਹੀਂ ਤਾਂ ਆਫ ਏਅਰ, ਜੇ ਤੁਸੀਂ ਮੈਨੂੰ ਇਸ ਤਰ੍ਹਾਂ ਦੇ ਲੀਡਰਸ ਦਾ ਅਗਰ ਕਦੀ ਨਾਮ ਜ਼ਰੂਰ ਦੇਵਾਂਗਾ ਸਕੋ ਜਾਂ ਫੋਨ ਤੇ ਦੱਸ ਸਕੋ ਜ਼ਰੂਰ, ਤੇ ਸੈਨੀ ਜੀ ਆਈ ਵੁੱਡ ਐਪਰੀਸ਼ੀਏਟ। ਉਹਦੇ 'ਚ ਕੀ ਹੈ ਕਿ ਮੈਨੂੰ ਪਤਾ ਲੱਗਣਾ ਚਾਹੀਦਾ, ਬਾਕੀ ਜਿਹੜਾ NRIs ਨੂੰ ਤਾਂ ਮੈਂ ਵਿਟਨੈਸ ਕੀਤਾ ਜੀ, ਇਹਨਾਂ ਨੂੰ ਕੰਮ ਕਰਦਿਆਂ, ਇਹਨਾਂ ਨੂੰ ਵਿਚਾਰਿਆਂ ਨੂੰ ਗਲੀਆਂ 'ਚ ਰੁਲਦਿਆਂ, ਜਿਹੜੀਆਂ ਗਲੀਆਂ ਕਦੇ ਦੇਖੀਆਂ ਨਾ ਹੋਣ NRIs ਨੇ, ਉਹ ਗਲੀਆਂ ਦੇ ਵਿੱਚ ਇਹਨਾਂ ਨੂੰ ਫਿਰ ਫਿਰ ਕੇ ਮੈਂ ਵੋਟਾਂ ਲਈ ਕੰਮ ਕਰਦਿਆਂ ਦੇਖਿਆ, ਔਰ ਮੈਂ ਹਰ NRI ਨੂੰ ਪਰਸਨਲੀ ਇਕੱਲੇ ਇਕੱਲੇ ਬੰਦੇ ਨੂੰ ਧੰਨਵਾਦ ਦਿੰਦਾ ਕਿ ਤੁਸੀਂ ਆਪਣੇ ਪੰਜਾਬ ਲਈ ਇੰਨਾ ਪਿਆਰ ਦਿਖਾਇਆ, ਔਰ ਤੁਹਾਡਾ ਪਿਆਰ ਅਜਾਈ ਨਹੀਂ ਜਾਏਗਾ। ਪਹਿਲੀ ਵਾਰੀ ਹੁੰਦੀ ਹੈ ਕਿ ਝੋਨੇ ਦੀ ਤੁਸੀਂ ਜੋ ਲਾਉਂਦੇ ਹਾਂ ਨਾ ਜੀ, ਆਪਾਂ ਪਨੀਰੀ ਇੱਕ ਵਾਰੀ ਪੁੱਟ ਕੇ ਦੂਜੀ ਥਾਂ ਲਾਉਣੀ ਪੈਂਦੀ ਹੁੰਦੀ ਹੈ ਜੀ ਜੀ ਜੀ। ਸੋ ਪਹਿਲਾ ਬੀਜ ਤੁਸੀਂ ਬੀਜ ਦਿੱਤਾ, ਕੋਈ ਗੱਲ ਨਹੀਂ, ਅਗਲੀ ਵਾਰੀ ਜਦੋਂ ਆਪਾਂ ਕੱਦੂ ਕਰਾਂਗੇ ਪਨੀਰੀ ਲਾਵਾਂਗੇ ਤੇ ਫਿਰ ਵਧੀਆ ਝਾੜ ਹੋਏਗਾ, ਡੋਂਟ ਵਰੀ। ਤੇ ਬਾਕੀ ਇਹ ਹੈ ਕਿ ਹੁਣ ਜਿਹੜੀ ਅਸੀਂ ਮੀਟਿੰਗ ਕੀਤੀ ਉਹਦੇ ਤੁਸੀਂ ਵੀ ਸੁਣ ਲਿਆ ਹੋਣਾ, ਮੈਂ ਸਰੇਆਮ ਇਹ ਕਿਹਾ ਕਿ ਅਸੀਂ ਜਿਹੜੀ ਪਾਵਰ ਪੰਜਾਬ ਦੀ ਹੈ ਉਹਨੂੰ ਪੰਜਾਬ ਕੋਲ ਲਿਆਵਾਂਗੇ, ਪੰਜਾਬ ਦੇ ਡਿਸੀਜਨ ਪੰਜਾਬ ਹੀ ਲਏਗਾ, ਅਸੀਂ ਆਪਣੇ ਡਿਸੀਜਨ ਆਪ ਲਵਾਂਗੇ, ਦਿੱਲੀ ਦੀ ਗਾਈਡੈਂਸ ਜ਼ਰੂਰ ਸਾਡੇ ਨਾਲ ਰਹੇਗੀ, ਦਿੱਲੀ ਦੀ PAC ਜਿਹੜੀ ਸਾਡੀ ਪੋਲੀਟੀਕਲ ਐਕਸ਼ਨ ਕਮੇਟੀ ਹੈ ਉਹ ਸਾਨੂੰ ਗਾਈਡ ਜ਼ਰੂਰ ਕਰੇਗੀ, ਹਰ ਚੀਜ਼ 'ਚ ਸਾਡੇ ਨਾਲ ਹੋਏਗੀ, ਪਰ ਪੋਲੀਟੀਕਲੀ ਸਾਡੇ ਡਿਸੀਜਨ ਹੋਣਗੇ, ਅਸੀਂ ਅੱਗੇ ਲੱਗ ਕੇ ਕੰਮ ਕਰਾਂਗੇ, ਆਪਣੇ ਯੂਨਿਟ ਅਸੀਂ ਆਪ ਬਣਾਵਾਂਗੇ, ਜ਼ਿਲ੍ਹਾ ਪੱਧਰ ਦੀਆਂ ਟੀਮਾਂ ਬਣਨਗੀਆਂ, ਵਲੰਟੀਅਰਸ ਨੂੰ ਮੋਟੀਵੇਟ ਕਰਕੇ ਫਿਰ ਦੁਬਾਰਾ ਉੱਤੇ ਮੰਚ ਦੇ ਉੱਤੇ ਲਿਆਂਦਾ ਜਾਏਗਾ, ਇਹ ਸਾਡਾ ਏਜੰਡਾ ਹੈ। ਔਰ ਬਿਸ਼ੱਕ ਤੁਸੀਂ ਲੋਕ ਵਿਧਾਨ ਸਭਾ 'ਚ ਨਹੀਂ ਪਹੁੰਚ ਸਕੇ ਪਰ ਪਾਰਟੀ ਤੁਸੀਂ ਕਨਵੀਨਰ ਹੋ, ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੀ ਵੀ ਹੈ, ਜਿਹੜੇ ਲੋਕ ਜਿੱਤ ਕੇ ਅਸੈਂਬਲੀ ਦੇ ਅੰਦਰ ਪਹੁੰਚ ਗਏ ਆ ਉਹ ਉੱਥੇ ਆਪਣੀ ਆਵਾਜ਼ ਉਠਾਉਣਗੇ, ਤੁਸੀਂ ਵਿਰੋਧੀ ਜਿਹੜੀ ਧਿਰ ਦੇ ਲੀਡਰ ਹੋ, ਪਾਰਟੀ ਦੇ ਬਾਹਰ ਲੀਡਰ ਹੋ, ਔਰ ਬਿਸ਼ੱਕ ਅਸੈਂਬਲੀ ਦੇ ਅੰਦਰ ਨਹੀਂ ਹੋ, ਲੇਕਿਨ ਤੁਹਾਡੀ ਜ਼ਿੰਮੇਵਾਰੀ ਵੀ ਉਨੀ ਬਣਦੀ ਹੈ ਕਿ ਲਗਾਤਾਰ ਸਰਕਾਰ ਦੇ ਕੰਮਾਂ ਤੇ ਨਿਗਰਾਨੀ ਰੱਖੀ ਜਾਵੇ, ਔਰ ਮੈਂ ਚਾਹਾਂਗਾ ਕਿ ਇੱਕ ਹੈਲਦੀ ਅਪੋਜੀਸ਼ਨ ਦਾ ਰੋਲ ਪਲੇ ਕੀਤਾ ਜਾਵੇ। ਕਈ ਵਾਰੀ ਆਪਾਂ ਜਸਟ ਠਾਣ ਲੈਂਦੇ ਕਿ ਆਪਾਂ ਵਿਰੋਧ ਹੀ ਕਰਨਾ, ਉਹ ਵੀ ਕੋਈ ਚੰਗੀ ਗੱਲ ਨਹੀਂ, ਸੋ
ਜਿੱਥੇ ਕੋਈ ਚੰਗਾ ਕੰਮ ਹੋਵੇ ਉਹਨੂੰ ਐਪਰੀਸ਼ੀਏਟ ਕੀਤਾ ਜਾਵੇ, ਲੇਕਿਨ ਜਿੱਥੇ ਕਿਤੇ ਵੀ ਗੜਬੜ ਹੋਵੇ ਸਾਹਿਬ, ਹਾਂ ਬਿਲਕੁਲ, ਤੁਸੀਂ ਪਹਿਲੇ ਦਿਨ ਤੋਂ ਦੇਖਿਆ ਹੋਏਗਾ, ਅਸੀਂ ਗਵਰਨਮੈਂਟ ਨੂੰ ਵੀ ਇਹੀ ਆਫਰ ਕੀਤਾ ਕਿ ਜਿੱਥੇ ਚੰਗਾ ਕੰਮ ਕਰੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ, ਪਰ ਜਿੱਥੇ ਪਬਲਿਕ ਇੰਟਰਸਟ ਵਿੱਚ ਕੰਮ ਨਹੀਂ ਹੋ ਰਹੇ ਹੋਣਗੇ ਸਿਰਫ ਉੱਥੇ ਵਿਰੋਧ ਕਰਾਂਗੇ ਔਰ ਡਟ ਕੇ ਕਰਾਂਗੇ, ਔਰ ਅਸੀਂ ਪਾਰਟੀ ਸਾਰੀ ਇਸ ਚੀਜ਼ ਦੇ ਉੱਤੇ ਇੱਕ ਮੁੱਠ ਹਾਂ ਕਿ ਅਸੀਂ ਹਰ ਚੰਗੇ ਕੰਮ 'ਚ ਸਾਥ ਦੇਣਾ ਸਰਕਾਰ ਦਾ ਔਰ ਮਾੜੇ ਕੰਮ ਦਾ ਅਸੀਂ ਰਲ ਕੇ ਵਿਰੋਧ ਕਰਨਾ। ਔਰ ਮੈਂ NRIs ਨੂੰ ਵੀ ਕਹਿਣਾ ਚਾਹੁੰਦਾ ਕਿ ਕਿਸੇ ਤਰ੍ਹਾਂ ਡਿਸਆਰਡਰ ਹੋਣ ਦੀ ਲੋੜ ਨਹੀਂ, ਸਰਕਾਰ ਚਾਹੇ ਆਪਣੀ ਨਹੀਂ ਬਣੀ, ਅਸੀਂ ਆਪੋਜੀਸ਼ਨ 'ਚ ਬੈਠ ਗਏ ਹਾਂ, NRIs ਨੂੰ ਜਿੱਥੇ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੋਵੇ, ਕੋਈ ਕੰਮ ਅਸੀਂ ਕਰ ਸਕਦੇ ਇਹਨਾਂ ਲਈ, ਜ਼ਰੂਰ ਪਾਰਟੀ ਨੂੰ ਅਪਰੋਚ ਕਰਨ, ਔਰ ਪਾਰਟੀ ਹਮੇਸ਼ਾ ਇਹਨਾਂ ਦੇ ਨਾਲ ਖੜੀ ਹੈ, ਜਿੱਥੇ ਵੀ ਅਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋਵਾਂਗੇ, ਬੜੀ ਖੁਸ਼ੀ ਹੋਏਗੀ ਹੈਲਪ ਕਰਕੇ ਜੀ। ਬਿਲਕੁਲ ਠੀਕ ਹੈ ਜੀ, ਔਰ ਗੁਰਪ੍ਰੀਤ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ, ਔਰ ਤੁਹਾਡੇ ਨਾਲ ਫਿਰ ਜਲਦੀ ਗੱਲਬਾਤ ਕਰਾਂਗੇ, ਔਰ ਇਸ ਤਰ੍ਹਾਂ ਹੀ ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਲਾਸਟ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਵੀ ਬਣਾ ਸਕੀ, ਲੇਕਿਨ ਜਿਹੜਾ ਇੱਕ ਕਲਚਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦਾ ਅਸਰ ਦੇਖੋ ਨਜ਼ਰ ਆਉਣਾ ਸ਼ੁਰੂ ਹੋ ਗਿਆ। ਲਾਲ ਬੱਤੀ ਕਲਚਰ ਖਤਮ ਹੋ ਰਿਹਾ, VIP ਕਲਚਰ ਖਤਮ ਹੋ ਰਿਹਾ, ਬਹੁਤ ਸਾਰਾ ਕੁਝ ਐਸਾ ਜਿਹੜਾ ਕਦੀ ਸੋਚ ਨਹੀਂ ਸਕਦੇ ਉਹ ਸ਼ੁਰੂ ਹੋ ਗਿਆ ਕਮ ਸੇ ਕਮ। ਬਿਲਕੁਲ ਜੀ, ਅੱਜ ਉਹ ਲਾਲ ਬੱਤੀ ਕਲਚਰ ਜਿਹੜਾ VIP ਕਲਚਰ ਖਤਮ ਹੋਇਆ, ਉਹ ਸਾਡੀ ਪਾਰਟੀ ਦਾ ਸਟੈਂਡ ਹੈ। ਉਸ ਤੋਂ ਇਲਾਵਾ ਹੁਣ ਹੋਰ ਐਸੇ ਕੰਮ ਜਿਹੜੇ ਐਂਟੀ ਕਰਪਸ਼ਨ ਕੰਮ ਕਰਨਾ ਸ਼ੁਰੂ ਕਰਤਾ ਸਰਕਾਰ ਨੇ, ਕਦੇ ਦੇਖਿਆ ਸੀ ਭ੍ਰਿਸ਼ਟਾਚਾਰ ਦੇ ਖਿਲਾਫ਼ ਕਦੀ ਕੋਈ ਮੁਹਿੰਮ ਛੇੜੀ ਹੋਵੇ? ਇਹ ਸਰਕਾਰ ਨੇ ਆਉਂਦੇ ਭ੍ਰਿਸ਼ਟਾਚਾਰ ਦੇ ਖਿਲਾਫ਼ ਮੁਹਿੰਮ ਛੇੜ ਦਿੱਤੀ ਹੈ, ਔਰ ਅੱਜ ਵਾਅਦਾ ਕਰ ਰਹੇ ਨੇ ਕਿ ਅਸੀਂ ਕਿਹਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਾਂਗੇ, ਕਰਕੇ ਦਿਖਾਵਾਂਗੇ। ਉਹ ਸਾਰੀ ਜਿਹੜੀ ਹੈ ਸਾਡੀ ਆਈਡੀਓਲੋਜੀ ਜਿਹੜੀ ਹੈ ਉਹਨੂੰ ਅਡਾਪਟ ਕਰ ਰਹੀ ਹੈ ਇਸ ਵੇਲੇ ਕਾਂਗਰਸ, ਔਰ ਬੇਸ਼ੱਕ ਸਰਕਾਰ ਦੇ ਵਿੱਚ ਇਹ ਬੈਠੇ ਨੇ, ਇਹਨਾਂ ਦੇ ਮੰਤਰੀ ਬੈਠੇ ਨੇ, ਕੰਮ ਆਮ ਆਦਮੀ ਪਾਰਟੀ ਦਾ ਹੀ ਕਰ ਰਹੇ। ਜਿੰਨੇ ਕੁ ਪੱਤਰਕਾਰਾਂ ਨਾਲ ਮੇਰੀ ਗੱਲ ਹੋ ਰਹੀ ਹੈ ਉਹ ਕਹਿ ਰਹੇ ਜੀ ਕਿ ਗਰਾਊਂਡ ਜਿਹੜੀ ਹੈ ਜ਼ਮੀਨ ਉਹ ਆਮ ਆਦਮੀ ਪਾਰਟੀ ਤਿਆਰ ਕਰਦੀ ਰਹੀ ਤੇ ਫਸਲ ਬੀਜ ਗਏ ਕਾਂਗਰਸ ਵਾਲੇ, ਪਰ ਕੋਈ ਗੱਲ ਨਹੀਂ, ਫਿਰ ਮੌਕਾ ਮਿਲੇਗਾ ਤੁਹਾਨੂੰ, ਇਹ ਲੋਕਤੰਤਰ ਹੈ। ਬਿਲਕੁਲ, ਕੋਸ਼ਿਸ਼ ਜਾਰੀ ਰੱਖਾਂਗੇ, ਕਈ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ ਸੈਣੀ ਸਾਹਿਬ, ਔਰ ਬੜੇ ਅਸੀਂ ਸਾਰੇ ਐਟਲੀਸਟ 100 ਕੈਂਡੀਡੇਟ ਨਵੇਂ ਸੀ ਜਿਨ੍ਹਾਂ ਨੇ ਕਦੇ ਇਲੈਕਸ਼ਨ ਹੀ ਨਹੀਂ ਸੀ ਲੜਿਆ, ਸੋ ਬੜਾ ਇੱਕ ਲਰਨਿੰਗ ਪ੍ਰੋਸੈਸ ਦੇ ਵਿੱਚੋਂ ਨਿਕਲੇ ਨੇ, ਔਰ ਅਗਲੀ ਵਾਰ ਬਹੁਤ ਵਧੀਆ ਤਰੀਕੇ ਨਾਲ ਉੱਪਰ ਕੇ ਸਾਹਮਣੇ ਆਵਾਂਗੇ। ਚਲੋ ਜੀ, ਸ਼ੁਭਕਾਮਨਾਵਾਂ ਤੁਹਾਨੂੰ, ਥੈਂਕ ਯੂ, ਬਹੁਤ ਮਿਹਰਬਾਨੀ ਸਣੀ ਸਾਹਿਬ, ਸ਼ੁਕਰੀਆ ਜੀ ਸਾਰਿਆਂ ਨੂੰ ਮੇਰੇ ਵੱਲੋਂ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਔਰ ਗੁਰਪ੍ਰੀਤ ਘੁੱਗੀ ਹੋਰੀ ਜਿਹੜੇ ਕਨਵੀਨਰ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ, ਉਹ ਸਾਡੇ ਨਾਲ ਗੱਲਬਾਤ ਕਰ ਰਹੇ ਸੀ।